ਨਮਸਕਾਰ ਖਬਰਾਂ ਦੇ ਇਸ ਬੁਲੇਟਿਨ ਵਿੱਚ ਤੁਹਾਡਾ ਸਵਾਗਤ ਹੈ ਮੈਂ ਹਾਂ ਜਸਪ੍ਰੀਤ ਸਿੰਘ ਪੇਲਾ ਪੇਸ਼ ਨੇ ਝੋਣਵੀਆਂ ਖਬਰਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਸੰਯੁਕਤ ਰਾਸ਼ਟਰ ਦੇ ਉੱਚ ਪੱਧਰੀ ਆਰਥਿਕ ਅਤੇ ਸਮਾਜਿਕ ਕੌਂਸਲ ਦੇ ਸੈਸ਼ਨ ਨੂੰ ਵਰਚੁਅਲ ਮਾਧਿਅਮ ਰਾਹੀਂ ਸੰਬੋਧਨ ਕਰਨਗੇ ਰੱਖਿਆ ਮੰਤਰੀ ਰਾਜਨਾਥ ਸਿੰਘ ਕੇਂਦਰ ਸ਼ਾਸਿਤ ਪ੍ਰਦੇਸ਼ ਜੰਮੂ ਕਸ਼ਮੀਰ ਅਤੇ ਲਦਾਖ ਦੇ ਸਰਹੱਦੀ ਇਲਾਕਿਆਂ ਵਿੱਚ ਫੌਜ ਦੀਆਂ ਤਿਆਰੀਆਂ ਦੀ ਸਮੀਖਿਆ ਲਈ 2 ਦਿਨਾਂ ਦੌਰੇ ਤੇ ਲੈ ਪੁੱਜੇ थल सेना ਹਵਾਈ ਸੈਨਾ ਅਤੇ ਆਈਟੀਬੀਪੀ ਦੇ ਜਵਾਨਾਂ ਨੂੰ ਸੰਬੋਧਨ ਕਰਦਿਆਂ ਰਾਜਨਾਥ ਸਿੰਘ ਨੇ ਫੌਜ ਦੀ ਬਹਾਦਰੀ ਦੀ ਭਰਪੂਰ ਸ਼ਲਾਘਾ ਕੀਤੀ। ਰੱਖਿਆ ਮੰਤਰੀ ਨੇ ਰਾਸ਼ਟਰ ਨੂੰ ਪ੍ਰੋਸਾਦ ਵਾਇਆ ਕਿ ਵਿਸ਼ਵ ਦੀ ਕੋਈ ਵੀ ਤਾਕਤ ਭਾਰਤੀ ਇਲਾਕੇ ਦਾ 1 ਇੰਚ ਵੀ ਨਹੀਂ ਛੂ ਸਕਦੀ। ਕੋਰੋਨਾ ਵਾਇਰਸ ਦੇ ਚੱਲਦਿਆਂ ਕੁਮਾਂਤਰੀ ਉਡਾਨਾਂ ਤੇ ਕੋਈ 4 ਮਹੀਨੇ ਦੀ ਰੋਕ ਤੋਂ ਬਾਅਦ ਅੱਜ ਤੋਂ ਭਾਰਤ ਅਤੇ ਅਮਰੀਕਾ ਵਿਚਾਲੇ ਪਾਬੰਦੀਆਂ ਅਤੇ ਨਿਯਮਾਂ ਅਨੁਸਾਰ ਸੀਮਤ ਉਡਾਨਾਂ ਸ਼ੁਰੂ। ਸ਼ਹਿਰੀ ਹਵਾਵਾਜ਼ੀ ਮੰਤਰੀ ਹਰਦੀਪ ਸਿੰਘ ਪੁਰੀ ਅਨੁਸਾਰ ਅਮਰੀਕਾ ਵਾਂਗ ਸੰਯੁਕਤ ਅਰਬ ਅਮਰਾਤ ਫਰਾਂਸ ਅਤੇ ਜਰਮਨੀ ਨਾਲ ਵੀ ਪਾਬੰਦੀਆਂ ਤੇ ਨਿਯਮਾਂ ਤਹਿਤ ਇਸ ਤਰ੍ਹਾਂ ਦੀਆਂ ਉਡਾਨਾਂ ਸ਼ੁਰੂ ਕਰਨ ਦਾ ਫੈਸਲਾ ਕੀਤਾ ਗਿਆ ਹੈ। ਬੀਤੇ 24 ਘੰਟਿਆਂ ਦੌਰਾਨ ਕੋਰੋਨਾ ਦੇ ਰਿਕਾਰਡ 34956 ਤਾਜ਼ਾ ਮਾਮਲੇ ਸਾਹਮਣੇ ਆਉਣ ਤੋਂ ਬਾਅਦ ਦੇਸ਼ ਵਿੱਚ ਕੋਰੋਨਾ ਦੀ ਪੁਸ਼ਟੀ ਵਾਲੇ ਮਰੀਜ਼ਾਂ ਦੀ ਸੰਖਿਆ 10 ਲੱਖ ਤੋਂ ਪਾਰ ਹੋਈ। ਕਪੂਰਥਲਾ ਸਥਿਤ ਰੇਲ ਕੋਚ ਫੈਕਟਰੀ ਨੇ ਕੋਵਿਡ-19 ਦੀ ਰੋਕਥਾਮ ਨੂੰ ਧਿਆਨ ਵਿੱਚ ਰੱਖਦਿਆਂ ਇੱਕ ਵਿਸ਼ੇਸ਼ ਪੋਸਟ ਕੋਵਿਡ ਕੋਚ ਤਿਆਰ ਕੀਤਾ ਹੈ। ਜੰਮੂ-ਕਸ਼ਮੀਰ ਦੇ ਕੁੱਲਗਾਮ ਵਿੱਚ ਸੁਰੱਖਿਆ ਦਸਤਿਆਂ ਨੇ ਤਿੰਨ ਅੱਤਵਾਦੀਆਂ ਨੂੰ ਢੇਰ ਰ ਕੀਤਾ। ਅਮ੍ਰਿਤਸਰ ਦੇ ਗੁਰੂ ਰਾਮਦਾਸ ਕਮਾਂਤਰੀ ਹਵਾਈ ਅੱਡੇ ਤੇ ਚੌਕਸ ਕਸਟਮ ਬੇਪਾਗ ਦੇ ਸਟਾਫ ਵੱਲੋਂ ਦੋ ਉਡਾਨਾਂ ਵਿੱਚ ਆਏ 6 ਮੁਸਾਫਰਾਂ ਪਾਸੋਂ 10 ਕਿਲੋ 22 ਗ੍ਰਾਮ ਸੋਨਾ ਬਰਾਮਦ ਨਵੀਨੀਕਰਨ ਅਤੇ ਸੁੰਦਰੀਕਰਨ ਤੋਂ ਬਾਅਦ ਜਲਿਆਂਵਾਲੇ ਬਾਗ ਦੀ ਨੁਹਾਰ ਬਦਲੀ ਤੇ ਹੁਣ ਖਬਰਾਂ ਵਿਸਥਾਰ ਨਾਲ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਇਸ ਸਾਲ ਦੇ ਸੰਯੁਕਤ ਰਾਸ਼ਟਰ ਦੇ ਉੱਚ ਪੱਧਰੀ ਆਰਥਿਕ ਅਤੇ ਸਮਾਜਿਕ ਕੌਂਸਲ ਦੇ ਸੈਸ਼ਨ ਨੂੰ ਵਰਚੁਅਲ ਮਾਧਿਅਮ ਰਾਹੀਂ ਸੰਬੋਧਨ ਕਰਨਗੇ ਪ੍ਰਧਾਨ ਮੰਤਰੀ ਦਫ਼ਤਰ ਅਨੁਸਾਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਰਵੇ ਦੇ ਪ੍ਰਧਾਨ ਮੰਤਰੀ ਇਰਨਾ ਸੋਲਬਰਗ ਅਤੇ ਸੰਯੁਕਤ ਰਾਸ਼ਟਰ ਦੇ ਸਕੱਤਰ ਜਨਰਲ ਐਂਟੋਨੀਓ ਗੁਟਰਸ ਦੇ ਨਾਲ ਸਮਾਗਮ ਵਿੱਚ ਹਿੱਸਾ ਲੈਣਗੇ ਅਤੇ اجلاس ਨੂੰ ਸੰਬੋਧਨ ਕਰਨਗੇ ਇਸ ਸਾਲਾਨਾ ਉੱਚ ਪੱਧਰੀ ਮੀਟਿੰਗ ਵਿੱਚ ਵੱਖ-ਵੱਖ ਸਰਕਾਰਾਂ ਦੇ ਉੱਚ ਪੱਧਰੀ ਪ੍ਰਤੀਨਿਧੀ ਪ੍ਰਾਈਵੇਟ ਸੈਕਟਰ ਸਿਵਲ ਸੁਸਾਇਟੀ ਅਤੇ ਸਿੱਖਿਆ ਵਿਦਵਾਨ ਹਿੱਸਾ ਲੈਂਦੇ ਨੇ ਇਸ ਵਾਰ ਦੇ ਇਸ ਉੱਚ ਪੱਧਰੀ ਸੈਸ਼ਨ ਦਾ ਵਿਸ਼ਾ ਕੋਵਿਡ 19 ਤੋਂ ਬਾਅਦ ਬਹੁਪੱਖਵਾਦ ਸਾਨੂੰ 75ਵੀਂ ਵਰੇਗੰਢ ਤੇ ਕਿਸ ਤਰ੍ਹਾਂ ਦਾ ਸੰਯੁਕਤ ਰਾਸ਼ਟਰ ਚਾਹੀਦਾ ਏ ਹੋਵੇਗਾ ਅੱਜ ਹੋਣ ਵਾਲੇ ਇਸ ਉੱਚ ਪੱਧਰੀ اجلاس ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਭਾਰਤ ਦੇ ਸੁਰੱਖਿਆ ਕੌਂਸਲ ਵਿੱਚ ਅਸਥਾਈ ਮੈਂਬਰ ਚੁਣੇ ਜਾਣ ਤੋਂ ਬਾਅਦ ਪਹਿਲੀ ਵਾਰ ਸੰਬੋਧਨ ਕਰਨ ਦਾ ਮੌਕਾ ਮਿਲੇਗਾ ਰੱਖਿਆ ਮੰਤਰੀ ਰਾਜਨਾਥ ਸਿੰਘ ਕੇਂਦਰ ਸ਼ਾਸਤ ਪ੍ਰਦੇਸ਼ ਜੰਮੂ ਅਤੇ ਕਸ਼ਮੀਰ ਅਤੇ ਲਦਾਖ ਦੇ ਸਰਹੱਦੀ ਇਲਾਕੇ ਵਿੱਚ ਫੌਜ ਦੀਆਂ ਤਿਆਰੀਆਂ ਦੀ ਸਮੀਖਿਆ ਲਈ ਅੱਜ ਦੋ ਦਿਨਾਂ ਦੌਰੇ ਤੇ ਲੇ ਪੁੱਜੇ ਰਾਜਨਾਥ ਸਿੰਘ ਨੇ ਪੂਰਬੀ ਲਦਾਖ ਖੇਤਰ ਦੀ ਅਗਲੇਰੀ ਚੌਂਕੀ ਦਾ ਦੌਰਾ ਕੀਤਾ ਲੇ ਵਿਖੇ ਥਿਕਸੇ ਰਾਮਬੀਰਪੁਰ ਪੁੱਜਣ ਤੇ ਰਾਜਨਾਥ ਸਿੰਘ ਨੇ ਭਾਰਤੀ ਫੌਜ ਅਤੇ ਹਵਾਈ ਸੈਨਾ ਦੇ ਆਪਸੀ ਤਾਲਮੇਲ ਦਾ ਵਧੀਆ ਪ੍ਰਦਰਸ਼ਨ ਵੇਖਿਆ ਰੱਖਿਆ ਮੰਤਰੀ ਨੇ ਨਾਲ ਚੀਫ ਆਫ ਡਿਫੈਂਸ ਸਟਾਫ ਜਨਰਲ ਵਿਪਨ ਰਾਵਤ ਭਾਰਤੀ ਫੌਜ ਦੇ ਮੁਖੀ ਐਮ ਐਮ ਨਰਵਣੇ ਅਤੇ ਉਤਰੀ ਕਮਾਂਡ ਦੇ ਲੈਫਟਨੈਂਟ ਜਨਰਲ ਵਾਈਕੇ ਜੋਸ਼ੀ ਤੇ ਫਾਇਰ ਐਂਡ ਫਿਊਰੀ ਦੇ ਸੀਨੀਅਰ ਫੌਜੀ ਅਫਸਰ ਵੀ ਮੌਜੂਦ ਸਨ ਇਸ ਤੋਂ ਬਾਅਦ ਰਾਜਨਾਥ ਸਿੰਘ ਪੈਂਗੋਂਗਸੋ ਨੇੜੇ ਲੂਕੋਂਗ ਅਗਲੇਰੀ ਸਰਹੱਦੀ ਚੌਕੀ ਦੇ ਦੌਰੇ ਤੇ ਗਏ ਜਿੱਥੇ ਉਹਨਾਂ ਭਾਰਤੀ ਫੌਜ ਭਾਰਤੀ ਹਵਾਈ ਸੈਨਾ ਅਤੇ ਆਈਟੀਬੀਪੀ ਦੇ ਜਵਾਨਾਂ ਨੂੰ ਸੰਬੋਧਨ ਕੀਤਾ ਰਾਜਨਾਥ ਸਿੰਘ ਨੇ ਫੌਜ ਦੀ ਭਰਪੂਰ ਸ਼ਲਾਘਾ ਕੀਤੀ ਅਤੇ ਕਿਹਾ ਕਿ ਉਹ ਸਿਰਫ ਸਰਹੱਦ ਦੀ ਹੀ ਰੱਖਿਆ ਨਹੀਂ ਕਰ ਦੇ ਸਗੋ 130 ਕਰੋੜ ਭਾਰਤੀਆਂ ਦਾ ਮਾਣ ਨੇ ਉਹਨਾਂ ਕਿਹਾ ਕਿ ਭਾਰਤ ਖੇਤਰ ਵਿੱਚ ਸ਼ਾਂਤੀ ਚਾਹੁੰਦਾ ਹੈ ਉਹਨਾਂ ਰਾਸ਼ਟਰ ਨੂੰ ਭਰੋਸਾ ਦਿਵਾਇਆ ਕਿ ਵਿਸ਼ਵ ਦੀ ਕੋਈ ਵੀ ਤਾਕਤ ਭਾਰਤੀ ਇਲਾਕੇ ਦਾ 1 ਇੰਚ ਵੀ ਛੂ ਨਹੀਂ ਸਕਦੀ ਰੱਖਿਆ ਮੰਤਰੀ ਨੇ ਕਿਹਾ ਕਿ ਸਰਹੱਦੀ ਵਿਵਾਦ ਨੂੰ ਸੁਲਝਾਉਣ ਲਈ ਗੱਲਬਾਤ ਜਾਰੀ ਹੈ ਪਰ ਇਸ ਦਾ ਕਿਸ ਹੱਦ ਤੱਕ ਹੱਲ ਨਿਕਲਦਾ ਹੈ ਇਸ ਦੀ ਗਾਰੰਟੀ ਨਹੀਂ ਦਿੱਤੀ ਜਾ ਸਕਦੀ ਪਰ ਜੇ ਗੱਲਬਾਤ ਨਾਲ ਹੱਲ ਨਿਕਲ ਸਕਦਾ ਹੈ ਤਾਂ ਇਸ ਤੋਂ ਬਿਹਤਰ ਕੁਝ ਵੀ ਨਹੀਂ ਹੈ भारत दुनिया का इकलौता देश है जिसने सारे विश्व को शांति का संदेश दिया है भारत दुनिया का इकलौता देश है जिसने कि दुनिया के किसी देश पर न तो कभी आक्रमण किया है और न दुनिया के किसी देश की एक इंच जमीन पर कभी कब्जा किया है भारत दुनिया का यह इकलौता देश है इतने भारत की सीमा में रहने वाले लोगों को ही अपने परिवार का सदस्य नहीं माना है बल्कि पूरे विश्व की धरा पर रहने वाले लोगों को अपने परिवार का सदस्य मानते हुए वसुधैव कुटुंबकम का संदेश सारे विश्व को किसी एक देश ने दिया है तो हमारे और आपके देश भारत ने दिया है हम अशांति नहीं चाहते हम शांति चाहते हमारा चरित्र रहा है ਕੋਰੋਨਾ ਵਾਇਰਸ ਦੇ ਚੱਲਦਿਆਂ ਕੁਮਾਂਤਰੀ ਉਡਾਨਾਂ ਤੇ ਕੋਈ 4 ਮਹੀਨੇ ਦੀ ਰੋਕ ਤੋਂ ਬਾਅਦ ਅੱਜ ਤੋਂ ਭਾਰਤ ਅਤੇ ਅਮਰੀਕਾ ਵਿਚਾਲੇ ਸੀਮਤ ਉਡਾਨਾਂ ਸ਼ੁਰੂ ਹੋ ਗਈਆਂ ਨੇ ਅਮਰੀਕਾ ਦੀ ਹਵਾਈ ਕੰਪਨੀ ਯੂਨਾਈਟਿਡ 에ਅਰਲਾਈਨਸ ਅੱਜ ਤੋਂ 31 ਜੁਲਾਈ ਤੱਕ ਭਾਰਤ ਅਤੇ ਅਮਰੀਕਾ ਵਿਚਾਲੇ 18 ਉਡਾਨਾਂ ਸੰਚਾਲਿਤ ਕਰੇਗੀ ਕੇਂਦਰੀ ਸ਼ਹਿਰੀ ਹਵਾਵਾਜ਼ੀ ਮੰਤਰੀ ਹਰਦੀਪ ਸਿੰਘ ਪੁਰੀ ਨੇ ਦੱਸਿਆ ਕਿ ਯੂਨਾਈਟਿਡ 에ਅਰਲਾਈਨਸ ਨਿਊ ਆਰਕ ਅਤੇ ਦਿੱਲੀ ਸੈਨ ਫ੍ਰਾਂਸਿਸਕੋ ਤੇ ਦਿੱਲੀ ਵਿਚਾਲੇ ਹਫ਼ਤੇ ਵਿੱਚ 3-3 ਉਡਾਨਾਂ ਚਲਾਏਗੀ ਉਨ੍ਹਾਂ ਦੱਸਿਆ ਕਿ ਅਮਰੀਕਾ ਵਾਂਗ ਸੰਯੁਕਤ ਅਰਬ ਅਮਰਾਤ ਫਰਾਂਸ ਅਤੇ ਜਰਮਨੀ ਨਾਲ ਵੀ ਕਈ ਤਰ੍ਹਾਂ ਦੀਆਂ ਪਾਬੰਦੀਆਂ ਅਤੇ ਨਿਯਮਾਂ ਤਹਿਤ ਇਸ ਤਰ੍ਹਾਂ ਦੀਆਂ ਕਮਾਂਟਰੀ ਉਡਾਨਾਂ ਸ਼ੁਰੂ ਕਰਨ ਦਾ ਫੈਸਲਾ ਕੀਤਾ ਗਿਆ ਹੈ ਜਦਕਿ ਕਈ ਹੋਰ ਦੇਸ਼ਾਂ ਨਾਲ ਵੀ ਇਸ ਸੰਬੰਧੀ ਗੱਲਬਾਤ ਜਾਰੀ ਹੈ। We are at a very advanced stage of negotiation with at least 3 countries that I am aware of uh, and in the case of one we have signed formally let me tell you Air France will be operating 28 flights on the Delhi Mumbai and uh, Bangalore sector and France I think Paris between 18th july to 1st august then in another case with the united states uh, we have an agreement for united to operate 18 flights within india and the us between 17 and 31st but this is an interim one we have a request from the germans also i think uh, lufthansa is uh, almost, uh, almost done ਸੁਪਰੀਮ ਕੋਰਟ ਨੇ ਅੱਜ ਦੇਸ਼ ਭਰ ਵਿੱਚ 6 ਤੋਂ 14 ਸਾਲ ਤੱਕ ਦੇ ਵਿਦਿਆਰਥੀਆਂ ਲਈ ਇੱਕੋ ਜਿਹਾ ਸਿਲੇਬਸ ਕੀਤੇ ਜਾਣ ਬਾਰੇ ਇੱਕ ਪਟੀਸ਼ਨ ਨੂੰ ਮਨਜ਼ੂਰ ਕਰਨ ਤੋਂ ਨਾ ਕਰ ਦਿੱਤੀ। ਇਹ ਜਨਹਿਤ ਪਟੀਸ਼ਨ ਭਾਰਤੀ ਜਨਤਾ ਪਾਰਟੀ ਦੇ ਆਗੂ ਅਸ਼ਵਨੀ ਉਪਾਦਿਆਏ ਵੱਲੋਂ ਪਾਈ ਗਈ ਸੀ। ਜਸਟਿਸ ਡੀ.ਵਾਈ. ਚੰਦਰਚੂੜ ਦੀ ਅਗਵਾਈ ਵਾਲੇ ਬੈਂਚ ਨੇ ਕਿਹਾ ਕਿ ਸਕੂਲਾਂ ਦੇ ਸਿਲੇਬਸ ਵਰਗੇ ਮਾਮਲੇ ਨੀਤੀ ਨਾਲ ਸੰਬੰਧਿਤ ਮਾਮਲੇ ਨੇ ਅਤੇ ਇਸ ਬਾਰੇ ਫੈਸਲਾ ਅਦਾਲਤ ਨਹੀਂ ਕਰ ਸਕਦੀ। ਉਨ੍ਹਾਂ ਪਟੀਸ਼ਨਕਰਤਾ ਨੂੰ ਕਿਹਾ ਕਿ ਤੁਸੀਂ ਅਦਾਲਤ ਨੂੰ ਇੱਕ ਸਿੱਖਿਆ ਬੋਰਡ ਦੇ ਦੂਜੇ ਸਿੱਖਿਆ ਬੋਰਡ ਵਿੱਚ ਰਲੇਵੇਂ ਵਾਸਤੇ ਕਿਵੇਂ ਕਹਿ ਸਕਦੇ ਹੋ? ਇਹ ਕੰਮ ਦਾਲਤ ਦਾ ਨਹੀਂ ਹੈ ਪਟੀਸ਼ਨ ਨੂੰ ਮਨਜ਼ੂਰ ਕਰਨ ਤੋਂ ਨਾ ਕਰਦੇ ਆ ਬੈਂਚ ਨੇ ਕਿਹਾ ਕਿ ਪਟੀਸ਼ਨ ਕਰਤਾ ਦੇਸ਼ ਭਰ ਵਿੱਚ ਇੱਕਸਾਰ ਸਿਲੇਬਸ ਦੇ ਮੁੱਦੇ ਤੇ ਸਰਕਾਰ ਤੱਕ ਪਹੁੰਚ ਕਰ ਸਕਦਾ ਹੈ ਭਾਰਤ ਵਿੱਚ ਕਰੋਨਾ ਦੀ ਪੁਸ਼ਟੀ ਵਾਲੇ ਮਾਮਲਿਆਂ ਵਿੱਚ ਤੇਜ਼ ਵਾਧਾ ਲਗਾਤਾਰ جاری ਹੈ ਬੀਤੇ 24 ਘੰਟਿਆਂ ਦੌਰਾਨ ਦੇਸ਼ ਵਿੱਚ 34956 ਤਾਜ਼ਾ ਕਰੋਨਾ ਮਾਮਲੇ ਸਾਹਮਣੇ ਆਉਣ ਤੋਂ ਬਾਅਦ ਹੁਣ ਤੱਕ ਕਰੋਨਾ ਦੀ ਪੁਸ਼ਟੀ ਵਾਲੇ ਮਾਮਲਿਆਂ ਦੀ ਕੁੱਲ ਗਿਣਤੀ 103832 ਤੱਕ ਪਹੁੰਚ ਗਈ ਹੈ ਇਸੇ ਤਰ੍ਹਾਂ ਬੀਤੇ 24 ਘੰਟਿਆਂ ਦੌਰਾਨ 687 ਕਰੋਨਾ ਮਰੀਜ਼ਾਂ ਦੀ ਮੌਤ ਤੋਂ ਬਾਅਦ ਹੁਣ ਤੱਕ ਮ੍ਰਿਤਕਾਂ ਦਾ ਅੰਕੜਾ 25602 ਤੱਕ ਪੁੱਜ ਗਿਆ ਹੈ ਕੇਂਦਰੀ ਸਿਹਤ ਮੰਤਰਾਲਾ ਅਨੁਸਾਰ ਬੀਤੇ 24 ਘੰਟਿਆਂ ਦੌਰਾਨ 22942 ਕਰੋਨਾ ਮਰੀਜ਼ ਸਿਹਤਯਾਬ ਹੋਏ ਜੋ ਹੁਣ ਤੱਕ ਦਾ ਇੱਕ ਦਿਨ ਦਾ ਸਭ ਤੋਂ ਵੱਡਾ ਅੰਕੜਾ ਹੈ ਮੰਤਰਾਲਾ ਅਨੁਸਾਰ ਇਸ ਵੇਲੇ ਦੇਸ਼ ਵਿੱਚ ਕੋਵਿਡ-19 ਤੋਂ ਠੀਕ ਹੋਣ ਵਾਲਿਆਂ ਦੀ ਸੰਖਿਆ 635756 ਤੱਕ ਪਹੁੰਚ ਗਈ ਹੈ ਅਤੇ ਮੌਜੂਦਾ ਸਮੇਂ ਕਰੋਨਾ ਦੇ ਐਕਟਿਵ ਮਾਮਲਿਆਂ ਦੀ ਗਿਣਤੀ 342473 ਹੈ ਇਸ ਤਰ੍ਹਾਂ ਭਾਰਤ ਵਿੱਚ ਕਰੋਨਾ ਮਰੀਜ਼ਾਂ ਦੀ ਸਿਹਤ ਯਾਬ ਦਰ 63.33% ਤੱਕ ਪਹੁੰਚ ਗਈ ਹੈ ਮਹਾਰਾਸ਼ਟਰ ਸੂਬਾ ਕਰੋਨਾ ਵਾਇਰਸ ਤੋਂ ਸਭ ਤੋਂ ਵੱਧ ਪ੍ਰਭਾਵਿਤ ਹੈ ਜਿੱਥੇ ਕੁੱਲ ਕਰੋਨਾ ਮਾਮਲਿਆਂ ਦਾ ਅੰਕੜਾ 284281 ਗਈ ਸੂਬੇ ਵਿੱਚ ਕੋਵਿਡ-19 ਨਾਲ ਹੁਣ ਤੱਕ 11194 ਮਰੀਜ਼ਾਂ ਦੀ ਮੌਤ ਹੋਈ ਤਾਮਿਲਨਾਡੂ ਵਿੱਚ ਵੀ ਕਰੋਨਾ ਦੀ ਪੁਸ਼ਟੀ ਵਾਲੇ ਮਰੀਜ਼ਾਂ ਦੀ ਗਿਣਤੀ ਵਿੱਚ ਤੇਜ਼ ਵਾਧਾ ਜਾਰੀ ਹੈ ਇੱਥੇ ਹੁਣ ਤੱਕ 156369 ਮਰੀਜ਼ਾਂ ਵਿੱਚ ਕਰੋਨਾ ਵਾਇਰਸ ਦੀ ਪੁਸ਼ਟੀ ਹੋਈ ਹੈ ਤੇ ਇਸ ਮਹਾਮਾਰੀ ਕਾਰਨ 2236 ਮੌਤਾਂ ਹੋ ਚੁੱਕੀਆਂ ਨੇ ਦਿੱਲੀ ਵਿੱਚ ਕੁੱਲ ਕਰੋਨਾ ਮਰੀਜ਼ਾਂ ਦੀ ਸੰਖਿਆ 118645 ਤੱਕ ਪਹੁੰਚ ਗਈ ਹੈ ਤੇ 3545 ਵਿਅਕਤੀਆਂ ਦੀ ਕਰੋਨਾ ਵਾਇਰਸ ਕਾਰਨ ਮੌਤ ਹੋਈ ਇੱਧਰ ਪੰਜਾਬ ਵਿੱਚ ਵੀ ਲਗਾਤਾਰ ਕਰੋਨਾ ਮਾਮਲਿਆਂ ਵਿੱਚ ਵਾਧਾ ਦਰਜ ਕੀਤਾ ਜਾ ਰਿਹਾ ਹੈ ਸੂਬੇ ਵਿੱਚ ਕਰੋਨਾ ਦੀ ਪੁਸ਼ਟੀ ਵਾਲੇ ਮਰੀਜ਼ਾਂ ਦੀ ਸੰਖਿਆ 9094 ਤੱਕ ਪਹੁੰਚ ਗਈ ਅਤੇ ਕਰੋਨਾ ਵਾਇਰਸ ਦੇ 230 ਵਿਅਕਤੀਆਂ ਦੀਆਂ ਜਾਨਾਂ ਲਈਆਂ ਪੰਜਾਬ ਦੇ ਲੁਧਿਆਣਾ ਜਲੰਧਰ ਅਤੇ ਅੰਮ੍ਰਿਤਸਰ ਜ਼ਿਲ੍ਹੇ ਕਰੋਨਾ ਵਾਇਰਸ ਨਾਲ ਸਭ ਤੋਂ ਵੱਧ ਪ੍ਰਭਾਵਿਤ ਨੇ ਹੁਸ਼ਿਆਰਪੁਰ ਜ਼ਿਲ੍ਹੇ ਵਿੱਚ ਅੱਜ ਕਰੋਨਾ ਦੇ 34 ਤਾਜ਼ਾ ਮਾਮਲੇ ਸਾਹਮਣੇ ਆਏ ਜਿਨ੍ਹਾਂ ਵਿੱਚ ਖੜਕਾਂ ਸਿਖਲਾਈ ਸੈਂਟਰ ਦੇ ਬੀਐਸਐਫ ਦੇ 31 ਜਵਾਨ ਵੀ ਸ਼ਾਮਲ ਨੇ ਜ਼ਿਲ੍ਹੇ ਦੇ ਸਿਵਲ ਸਰਜਨ ਡਾਕਟਰ ਜਸਵੀਰ ਸਿੰਘ ਨੇ ਇਸ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਸ ਵਾਧੇ ਨਾਲ ਜ਼ਿਲ੍ਹੇ ਵਿੱਚ ਕਰੋਨਾ ਦੀ ਪੁਸ਼ਟੀ ਵਾਲੇ ਕੁੱਲ ਮਾਮਲਿਆਂ ਦੀ ਗਿਣਤੀ 253 ਤੱਕ ਪਹੁੰਚ ਗਈ ਹੈ ਮੁਹਾਲੀ ਜ਼ਿਲ੍ਹੇ ਵਿੱਚ ਵੀ ਅੱਜ ਕਰੋਨਾ ਵਾਇਰਸ ਦੇ 20 ਨਵੇਂ ਮਾਮਲੇ ਸਾਹਮਣੇ ਆਏ ਪਰ ਇਸ ਦੇ ਨਾਲ ਹੀ 16 ਕਰੋਨਾ ਮਰੀਜ਼ ਠੀਕ ਹੋਣ ਮਗਰੋਂ ਆਪਣੇ ਘਰ ਹੀ ਪਰਤੇ ਅੰਮ੍ਰਿਤਸਰ ਵਿੱਚ ਵੀ ਅੱਜ ਕਰੋਨਾ ਦੇ 43 ਨਵੇਂ ਮਾਮਲੇ ਸਾਹਮਣੇ <coughs> ਆਏ ਕਪੂਰਥਲਾ ਸਥਿਤ ਰੇਲ ਕੋਚ ਫੈਕਟਰੀ ਨੇ ਕੋਵਿਡ-19 ਦੀ ਰੋਕਥਾਮ ਨੂੰ ਧਿਆਨ ਵਿੱਚ ਰੱਖਦਿਆਂ ਇੱਕ ਵਿਸ਼ੇਸ਼ ਪੋਸਟ ਕੋਵਿਡ ਕੋਚ ਤਿਆਰ ਕੀਤਾ ਹੈ ਜਿਸ ਵਿੱਚ ਹੱਥਾਂ ਦੀ ਘੱਟ ਤੋਂ ਘੱਟ ਵਰਤੋਂ ਨਾਲ ਯਾਤਰੀ ਸਫ਼ਰ ਕਰ ਸਕਦੇ ਨੇ ਆਰਸੀਐਫ ਦੇ ਜਨਰਲ ਮੈਨੇਜਰ ਰਵਿੰਦਰ ਗੁਪਤਾ ਨੇ ਦੱਸਿਆ ਹੈ ਕਿ ਮੁਸਾਫਿਰ ਬਿਨਾਂ ਹੱਥ ਲਾਏ ਇਸ ਡੱਬੇ ਵਿੱਚ ਦਾਖਲ ਹੋ ਸਕਦੇ ਨੇ ਅਤੇ ਪਖਾਨਿਆਂ ਵਿੱਚ ਵੀ ਇਸ ਤਰ੍ਹਾਂ ਦਾ ਪ੍ਰਬੰਧ ਕੀਤਾ ਗਿਆ ਹੈ ਕਿ ਟੂਟੀ ਵਿੱਚੋਂ ਪਾਣੀ ਲੈਣ ਸਮੇਂ ਵੀ ਪੈਰ ਨਾਲ ਇਸ ਦਾ ਬਟਨ ਦਬਾਇਆ ਜਾ ਸਕਦਾ ਹੈ ਉਹਨਾਂ ਦੱਸਿਆ ਕਿ 에어 ਕੰਡੀਸ਼ਨ ਡੱਬਿਆਂ ਵਿੱਚ ਵੀ ਕਰੋਨਾ ਵਾਇਰਸ ਦੇ ਫਲਾਣ ਨੂੰ ਰੋਕਣ ਲਈ ਫਿਲਟਰ ਦੇ ਉਪਕਰਨ ਲਗਾਏ ਗਏ ਨੇ ਜਨਰਲ ਮੈਨੇਜਰ ਨੇ ਦੱਸਿਆ ਕਿ ਆਰਸੀਐਫ ਨੇ ਅਜ਼ਮਾਇਸ਼ ਦੇ ਤੌਰ ਤੇ ਦੋ ਡੱਬੇ ਤਿਆਰ ਕੀਤੇ ਨੇ ਦੱਖਣ ਕਸ਼ਮੀਰ ਦੇ ਕੁਲਗਾਮ ਜ਼ਿਲ੍ਹੇ ਵਿੱਚ ਸੁਰੱਖਿਆ ਬਲਾਂ ਨਾਲ ਹੋਏ ਇੱਕ ਮੁਕਾਬਲੇ ਵਿੱਚ ਜੈਸ਼ੇ ਮੁਹੰਮਦ ਦੇ ਤਿੰਨ ਅਤਵਾਦੀ ਮਾਰੇ ਗਏ ਇਨ੍ਹਾਂ ਵਿੱਚ ਇੱਕ ਬੰਬ ਤਿਆਰ ਕਰਨ ਵਾਲਾ ਮਾਹਰ ਅਤੇ ਪਾਕਿਸਤਾਨੀ ਨਾਗਰਿਕ ਵੀ ਸ਼ਾਮਲੇ ਇਸ ਮੁਕਾਬਲੇ ਦੌਰਾਨ ਤਿੰਨ ਸੈਨਿਕ ਵੀ ਜ਼ਖਮੀ ਹੋਏ ਰੱਖਿਆ ਮੰਤਰੀਆਂ ਦੇ ਬੁਲਾਰੇ ਕਰਨਲ ਰਾਜੇਸ਼ ਕਾਲਿਆ ਨੇ ਸ਼੍ਰੀਨਗਰ ਵਿੱਚ ਦੱਸਿਆ ਕਿ ਅੱਜ ਤੜਕੇ ਕੁਲਗਾਮ ਦੇ ਨਾਗਨਾਦ ਖੇਤਰ ਵਿੱਚ ਸੁਰੱਖਿਆ ਬਲਾਂ ਵੱਲੋਂ ਇੱਕ ਸਾਂਝਾ ਤਲਾਸ਼ੀ ਅਭਿਆਨ ਸ਼ੁਰੂ ਕੀਤਾ ਗਿਆ ਸੁਰੱਖਿਆ ਬਲਾਂ ਨੂੰ ਇਸ ਇਲਾਕੇ ਵਿੱਚ ਅਤਵਾਦੀਆਂ ਦੀ ਮੌਜੂਦਗੀ ਬਾਰੇ ਇਤਲਾਹ ਮਿਲੀ ਸੀ ਤਲਾਸ਼ੀ ਸਮੇਂ ਲੁਕੇ ਹੋਏ ਅਤਵਾਦੀਆਂ ਨੇ ਸੁਰੱਖਿਆ ਬਲਾਂ ਤੇ ਫਾਇਰਿੰਗ ਸ਼ੁਰੂ ਕਰ ਦਿੱਤੀ ਅਤੇ ਸੁਰੱਖਿਆ ਬਲਾਂ ਵੱਲੋਂ ਜਵਾਬੀ ਫਾਇਰਿੰਗ ਕੀਤੀ ਗਈ ਜਿਸ ਮਗਰੋਂ ਮੁਕਾਬਲਾ ਸ਼ੁਰੂ ਹੋ ਗਿਆ ਜਿਸ ਦੌਰਾਨ ਸੁਰੱਖਿਆ ਬਲਾਂ ਨੇ ਤਿੰਨ ਅਤਵਾਦੀਆਂ ਨੂੰ ਠੇਰ ਕਰ ਦਿੱਤਾ ਮਾਰੇ ਗਏ ਅਤਵਾਦੀਆਂ ਚੋਂ ਇੱਕ ਦੀ ਪਛਾਣ ਜੈਸ਼ੇ ਮੁਹੰਮਦ ਕਮਾਂਡਰ ਵਲੀਦ ਪਾਈ ਵਜੋਂ ਹੋਈ ਏ ਜਦਕਿ ਜੈਸ਼ ਦੇ ਬਾਕੀ ਦੋ ਅਤਵਾਦੀਆਂ ਚੋਂ ਇੱਕ ਪਾਕਿਸਤਾਨੀ ਨਾਗਰਿਕ ਅਤੇ ਇੱਕ ਆਈ.ਈ.ਡੀ ਮਹਰ ਦੱਸਿਆ ਜਾ ਰਿਹਾ ਏ ਬੁਲਾਰੇ ਨੇ ਦੱਸਿਆ ਹੈ ਕਿ ਮੁਕਾਬਲੇ ਵਾਲੀ ਥਾਂ ਤੋਂ ਹਥਿਆਰ ਅਤੇ ਗੋਲੀ ਸਿੱਕਾ ਬਰਾਮਦ ਕੀਤਾ ਗਿਆ ਏ ਇਸੇ ਦੌਰਾਨ ਮੁਕਾਬਲੇ ਵਾਲੀ ਥਾਂ ਦੇ ਆਲੇ-ਦੁਆਲੇ ਦੇ ਖੇਤਰਾਂ ਵਿੱਚ ਕਾਨੂੰਨ ਤੇ ਪ੍ਰਬੰਧ ਦੀ ਸਥਿਤੀ ਨੂੰ ਬਣਾਈ ਰੱਖਣ ਲਈ ਵਾਧੂ ਸੁਰੱਖਿਆ ਬਲ ਅਤੇ ਪੁਲਿਸ ਫੋਰਸ ਭੇਜੀ ਗਈ ਏ ਅੰਮ੍ਰਿਤਸਰ ਦੇ ਸ੍ਰੀ ਗੁਰੂ ਰਾਮਦਾਸ ਜੀ ਕਮਾਂਤਰੀ ਹਵਾਈ ਅੱਡੇ ਤੇ ਕਸਟਮ ਵਿਭਾਗ ਦੇ ਚੌਕਸ ਸਟਾਫ ਨੇ 10 ਕਿਲੋ 22 ਗ੍ਰਾਮ ਸੋਨਾ ਜ਼ਬਤ ਕੀਤਾ ਹੈ ਜਿਸ ਦੀ ਕੀਮਤ ਕੋਈ 5 ਕਰੋੜ ਰੁਪਏ ਦੱਸੀ ਜਾ ਰਹੀ ਹੈ ਕਸਟਮ ਵਿਭਾਗ ਵੱਲੋਂ ਜਾਰੀ ਪ੍ਰੈਸ ਰਿਲੀਜ਼ ਵਿੱਚ ਕਿਹਾ ਗਿਆ ਹੈ ਕਿ ਸਟਾਫ ਵੱਲੋਂ 16 ਜੁਲਾਈ ਨੂੰ 5 ਅਤੇ ਅੱਜ 17 ਜੁਲਾਈ ਨੂੰ ਇੱਕ ਮੁਸਾਫਰ ਨੂੰ ਰੋਕਿਆ ਗਿਆ ਜੋ ਬੜੇ ਨਵੇਕਲੇ ਅਤੇ ਵਿਲੱਖਣ ਢੰਗ ਨਾਲ ਚੋਰੀ ਛਿਪੇ ਸੋਨਾ ਲਿਆਉਣ ਦੀ ਕੋਸ਼ਿਸ਼ ਕਰ ਰਹੇ ਸਨ ਇਹ ਸੋਨਾ ਉਹਨਾਂ ਵੱਲੋਂ ਪ੍ਰੈਸ ਡ੍ਰਿਲ ਮਸ਼ੀਨਾਂ ਜੂਸਰ ਮਿਕਸਰ ਗ੍ਰਾਈਂਡਰ ਆਦ ਵਿੱਚ ਲੁਕੋਇਆ ਹੋਇਆ ਸੀ ਬੀਤੇ ਦੁਬਈ ਤੋਂ ਆਈ ਉਡਾਨ ਵਿੱਚ ਪੰਜ ਜਦ ਕੀ ਅੱਜ 에ਅਰ ਅਰਬੀਆ ਦੀ ਫਲਾਈਟ ਵਿੱਚੋਂ ਵੀ ਇੱਕ ਮੁਸਾਫਰ ਨੂੰ ਚੋਰੀ ਛੁਪੇ ਸੋਨਾ ਲਿਆਉਂਦਿਆਂ ਫੜਿਆ ਗਿਆ ਜ਼ਿਕਰਯੋਗ ਹੈ ਕਿ ਦੇਸ਼ ਵਿੱਚ ਵਕਫ ਵਕਫ ਕੁਮਾਂਤਰੀ ਹਵਾਈ ਅੱਡਿਆਂ ਤੇ ਪਿਛਲੇ ਕੁਝ ਸਮੇਂ ਦੌਰਾਨ ਸੋਨੇ ਦੀ ਇਸ ਤਰ੍ਹਾਂ ਦੀ ਤਸਕਰੀ ਦੇ ਮੱਦੇਨਜ਼ਰ ਸਾਰੇ ਹਵਾਈ ਅੱਡਿਆਂ ਤੇ ਅਲਰਟ ਕੀਤਾ ਗਿਆ ਸੀ ਜਿਸ ਦੇ ਚਲਦਿਆਂ ਸ੍ਰੀ ਗੁਰੂ ਰਾਮਦਾਸ ਜੀ ਕੁਮਾਂਤਰੀ ਹਵਾਈ ਅੱਡੇ ਤੇ ਇਹਨਾਂ ਮੁਸਾਫਰਾਂ ਦੇ ਬੈਗੇਜ ਵਿੱਚੋਂ ਉਪਕਰਨਾ ਵਿੱਚ ਲੁਕੋਏ ਇਸ ਸੋਨੇ ਦਾ ਪਤਾ ਲੱਗਿਆ ਇਹਨਾਂ ਮੁਸਾਫਰਾਂ ਦੇ ਸਾਰੇ ਉਪਕਰਨ ਜ਼ਬਤ ਕਰ ਲਏ ਗਏ ਨੇ ਅਤੇ ਇਹਨਾਂ ਤੋਂ ਹੋਰ ਪੁੱਛਗਿੱਛ ਜਾਰੀ ਹੈ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸੂਬੇ ਵਿੱਚ ਕੋਵਿਡ-19 ਦੇ ਵਾਧੇ ਦੇ ਮਾਮਲਿਆਂ ਅਤੇ ਮੌਤਾਂ ਦੇ ਮੱਦੇਨਜ਼ਰ ਡੀਜੀਪੀ ਨੂੰ ਵਿਸ਼ੇਸ਼ ਰਾਖਵੇਂ ਦਸਤੇ ਤਿਆਰ ਕਰਨ ਦੇ ਹੁਕਮ ਦਿੱਤੇ ਨੇ ਉਹਨਾਂ ਕਿਹਾ ਕਿ ਇਸ ਨੂੰ ਧਿਆਨ ਵਿੱਚ ਰੱਖਦਿਆਂ ਗੈਰ ਜ਼ਰੂਰੀ ਡਿਊਟੀਆਂ ਤੇ ਤਾਇਨਾਤ ਪੁਲਿਸ ਕਰਮੀਆਂ ਨੂੰ ਵਾਪਸ ਬੁਲਾਇਆ ਜਾਵੇ ਮੁੱਖ ਮੰਤਰੀ ਨੇ ਡੀਜੀਪੀ ਦਿਨਕਰ ਗੁਪਤਾ ਨੂੰ ਸੁਰੱਖਿਆ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਖਾਸ ਕਰਕੇ ਕੋਵਿਡ-19 ਦੇ ਦਿਸ਼ਾ-ਨਿਰਦੇਸ਼ਾਂ ਤੇ 마ਸਕ ਨਾ ਪਾਉਣ ਵਾਲਿਆਂ ਖਿਲਾਫ ਸਖਤ ਕਦਮ ਚੁੱਕਣ ਲਈ ਹਦਾਇਤਾਂ ਜਾਰੀ ਕੀਤੀਆਂ ਨੇ ਪੰਜਾਬ ਵਿੱਚ 10 ਲੱਖ ਪਿੱਛੇ ਮੌਤਾਂ ਦਾ ਅੰਕੜਾ 7.7 ਹੋਣ ਦੇ ਮੱਦੇਨਜ਼ਰ ਮੁੱਖ ਮੰਤਰੀ ਨੇ ਸਿਹਤ ਵਿਭਾਗ ਨੂੰ ਕਨਟੇਨਮੈਂਟ ਅਤੇ ਮਾਈਕਰੋ ਕਨਟੇਨਮੈਂਟ ਜ਼ੋਨਾਂ ਦੀ ਪਛਾਣ ਛੇਤੀ ਤੋਂ ਛੇਤੀ ਕਰਨ ਸੰਬੰਧੀ ਨਿਰਦੇਸ਼ ਜਾਰੀ ਕੀਤੇ ਨੇ 13 ਅਪ੍ਰੈਲ 1919 ਨੂੰ ਜਲਿਆਂਵਾਲਾ ਬਾਗ ਦੇ ਖੂਨੀ ਸਾਕੇ ਨੂੰ 100 ਸਾਲ ਮੁਕੰਮਲ ਹੋ ਚੁੱਕੇ ਨੇ ਅਤੇ 100 ਸਾਲ ਮਗਰੋਂ ਕੇਂਦਰ ਸਰਕਾਰ ਵੱਲੋਂ ਜਲਿਆਂਵਾਲੇ ਬਾਗ ਦਾ ਨਵੀਨੀਕਰਨ ਕਰਵਾਇਆ ਜਾ ਰਿਹਾ ਹੈ 20 ਕਰੋੜ ਰੁਪਏ ਦੀ ਲਾਗਤ ਨਾਲ ਜਲਿਆਂਵਾਲਾ ਬਾਗ ਦੀ ਨੁਹਾਰ ਬਦਲੀ ਗਈ ਹੈ ਪਰ ਨਵੀਨੀਕਰਨ ਸਮੇਂ ਕਿਸੇ ਵੀ ਇਤਿਹਾਸਕ ਸਥਾਨ ਜਾਂ ਢਾਂਚੇ ਨਾਲ ਛੇੜਛਾੜ ਨਹੀਂ ਕੀਤੀ ਗਈ ਹੁਣ ਜਲਿਆਂਵਾਲਾ ਬਾਗ ਵੇਖਣ ਲਈ ਆਉਣ ਵਾਲੇ ਸੈਲਾਨੀ ਹਿੰਦੀ ਪੰਜਾਬੀ ਅਤੇ ਅੰਗਰੇਜ਼ੀ ਵਿੱਚ 5 ਮਿੰਟ ਦਾ ਆਵਾਜ਼ ਅਤੇ ਰੋਸ਼ਨੀ ਸ਼ੋਅ ਵੀ ਦੇਖ ਸਕਣਗੇ ਜਿਸ ਵਿੱਚ ਬੜੇ ਵਿਲੱਖਣ ਢੰਗ ਨਾਲ ਜਲਿਆਂਵਾਲੇ ਬਾਗ ਬਾਰੇ ਲੋਕਾਂ ਨੂੰ ਦੱਸਿਆ ਜਾਵੇਗਾ। ਰਾਜ ਸਭਾ ਮੈਂਬਰ ਸ਼ਵੇਤ ਮਲਿਕ ਨੇ ਅੱਜ ਨਵੀਨੀਕਰਨ ਕੰਮ ਦਾ ਜਾਇਜ਼ਾ ਲਿਆ ਅਤੇ ਇਹ ਜਾਣਕਾਰੀ ਦਿੱਤੀ। ਉਹਨਾਂ ਕਿਹਾ ਕਿ ਭਾਰਤ ਦੇ ਪ੍ਰਧਾਨ ਮੰਤਰੀ ਨੇ ਜਲਿਆਂਵਾਲੇ ਬਾਗ ਦੇ ਸ਼ਹੀਦਾਂ ਨੂੰ ਸ਼ਰਧਾਂਜਲੀ ਦਿੱਤੀ ਹੈ ਅਤੇ ਜਲਿਆਂਵਾਲੇ ਬਾਗ ਦੇ ਟਰਸਟ ਦੇ ਮੈਂਬਰ ਜਵਾਹਰ ਲਾਲ ਨਹਿਰੂ ਤੋਂ ਲੈ ਕੇ ਅੰਬਿਕਾ ਸੋਨੀ ਤੱਕ ਰਹੇ ਨੇ ਪਰ ਅੱਜ ਤੱਕ ਇੱਥੇ ਕੁਝ ਨਹੀਂ ਕੀਤਾ ਗਿਆ। ਫੀਤ ਮਾਲਿਕ ਨੇ ਕਿਹਾ ਕਿ ਉਹਨਾਂ ਵੱਲੋਂ ਆਵਾਜ਼ ਉਠਾਈ ਗਈ ਜਿਸ ਤੋਂ ਬਾਅਦ ਜਲਿਆਂਵਾਲਾ ਬਾਗ ਦਾ ਨਵੀਨੀਕਰਨ ਅਤੇ ਸੁੰਦਰੀਕਰਨ ਕਰਵਾਇਆ ਜਾ ਰਿਹਾ ਹੈ। ਆਨੁਪਤ ਰਾਜ ਮੰਤਰੀ ਨਰਿੰਦਰ ਮੋਦੀ ਜੀ ਨੇ ਸਭ ਤੋਂ ਬਾਅਦ ਦੇ ਨਾਲ ਜਲਿਆਂਵਾਲਾ ਬਾਗ ਦੇ ਸ਼ਹੀਦਾਂ ਨੂੰ ਸ਼ਰਧਾਂਜਲੀ ਦਿੱਤੀ। ਜਦੋਂ ਜਨਵਰੀ 2017 ਮੈਂ ਐਮਪੀ ਦੇ ਤੌਰ ਤੇ ਜਲਿਆਂਵਾਲਾ ਬਾਗ ਆਇਆ ਤੇ ਦੁਰਦਸ਼ਾ ਦੇਖ ਕੇ ਮੇਰੇ ਅੱਖਾਂ 'ਚ ਆਸੂ ਆ ਗਏ ਵਨਰ ਹੋ ਗਿਆ। ਇਹ ਲੰਬੇ ਸਮੇਂ ਤੋਂ ਕਾਂਗਰਸ ਦਾ ਅਸਥ ਚੱਲ ਰਿਆ ਸੀ ਇੱਥੇ ਗੋਬਨ ਲਾਲ ਲਹਿਰੂ ਦੀ ਪਹਿਲੀ ਅਸਥੀ ਸੀ ਔਰ ਜਦੋਂ 2017 ਜਾਇਆ ਤੱਕ ਅੰਮ੍ਰਿਤਾ ਸੋਨੀ ਜੀ ਹਰਸਾਜ ਤੇ ਬਰਿੰਦਰ ਕਟਾਰੀਆ ਕੀ ਉਹ ਅਸਥੀ ਸੀ ਪਰ ਕਦੀ ਕਿਸੇ ਨੇ ਧਿਆਨ ਨਹੀਂ ਦਿੱਤਾ ਸ਼ਹੀਦਾਂ ਦੀ ਇਸ ਸਰੀ ਦੀ ਧੂੜ ਜਿਹੜੀ ਸੀ ਤੇ ਮੈਂ ਹਸਰੇ ਵਚਨ ਕੀਤਾ ਸੀ ਔਰ ਮੈਂ ਸ਼ਪਤ ਲਈ ਸੀ ਕਿ ਇਸ ਵਾਰ ਥਰੂ ਖੂਬਸੂਰਤ ਨਵਾਂਗੇ ਤਾਕੀ ਸ਼ਹੀਦ ਜਿਹੜੇ ਨੇ ਉਹ ਬਹੁਤ ਸ਼ਾਂਤੀ ਦੇ ਨਾਲ ਜਿੱਥੇ ਆਰਾਮ ਕਰ ਸਕਣ ਇਸ ਦੇ ਨਾਲ ਹੀ ਖਬਰਾਂ ਦਾ ਇਹ ਬੁਲੇਟਿਨ ਖਤਮ ਹੁੰਦਾ ਹੈ ਆ ਗਿਆ ਦਿਓ ਨਮਸਕਾਰ